ਸਟੂਡੈਂਟਸ ਅੱਜ ਆਪਾਂ ਗੱਲ ਕਰਦੇ ਹਾਂ ਸਾਡੇ 4ਥ ਚੈਪਟਰ ਦੀ ਜਿਹਦਾ ਨਾਮ ਹੈਗਾ ਕਿੱਕਲੀ ਇਸਦੇ ਕਵੀ ਹਨ ਸੁਖਦੇਵ ਮਾਦੋਪੁਰੀ ਕੌਣ ਹੈ ਸੁਖਦੇਵ ਮਾਦੋਪੁਰੀ ਦੇਖੋ ਕਿੱਕਲੀ ਜਿਹੜਾ ਹੈਗਾ ਉਹ ਪੰਜਾਬ ਦੀਆਂ ਕੁੜੀਆਂ ਦਾ ਬਹੁਤ ਹੀ ਹਰਮਨ ਪਿਆਰਾ ਖੇਡ ਹੈ ਇੱਕ ਕੁੜੀਆਂ ਰਾਹੀਂ ਬਨਾਇਆ ਜਾਂਦਾ ਹੈ ਖੇਡਿਆ ਜਾਂਦਾ ਹੈ ਠੀਕ ਹੈ ਦੇਖੋ ਕਵੀ ਸਾਨੂੰ ਕੀ ਕਹਿ ਰਿਹਾ ਕਿੱਕਲੀ ਪੰਜਾਬ ਦੀਆਂ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ ਕਿੱਕਲੀ ਜੋ ਹੈ ਉਹ ਬਹੁਤ ਹੀ ਹਰਮਨ ਪਿਆਰਾ ਮਨ ਮਤਲਬ ਕਿ ਮਨਨੋਪਾਉਣ ਵਾਲਾ ਜਿੱਦੋਂ ਵੀ ਦੋ ਤਿੰਨ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਕੀ ਕਰਦੀਆਂ ਹਨ ਮਿਲ ਕੇ ਇਸ ਖੇਡ ਨੂੰ ਖੇਡਦੀਆਂ ਹਨ ਇਸ ਵਿੱਚ ਦੋ ਦੋ ਕੁੜੀਆਂ ਜੁੱਟ ਬਣਾ ਕੇ ਨੱਚਦੀਆਂ ਹਨ ਇਸ ਵਿੱਚ ਕੀ ਹੈ ਕਿ ਦੋ ਦੋ ਕੁੜੀਆਂ ਜੁੱਟ ਬਣਾ ਕੇ ਨੱਚਦੀਆਂ ਹਨ ਦੋ ਕੁੜੀਆਂ ਆਪਣੇ ਸਾਹਮਣੇ ਖਲੋ ਕੇ ਇੱਕ ਦੂਜੇ ਦੇ ਹੱਥ ਫੜ ਕੇ ਕੰਗੀਆਂ ਪਾ ਲੈਂਦੀਆਂ ਹਨ ਦੋ ਕੁੜੀਆਂ ਕੀ ਕਰਦੀਆਂ ਆਪਣੇ ਸਾਹਮਣੇ ਖਲੋ ਕੇ ਇੱਕ ਦੂਜੇ ਦੇ ਹੱਥ ਵਿੱਚ ਹੱਥ ਫੜ ਕੇ ਕੰਗੀਆਂ ਪਾ ਕੇ ਮਤਲਬ ਕਿ ਇੱਕ ਕ੍ਰੋਸ ਦੀ ਤਰ੍ਹਾਂ ਹੱਥ ਫੜ ਕੇ ਕੀ ਕਰਦੀਆਂ ਹਨ ਇਹ ਚੁੰਮਦੀਆਂ ਹਨ ਫਿਰ ਉਹ ਹੈ ਆਪਣੀਆਂ ਅੱਡੀਆਂ ਜੋੜ ਕੇ ਇੱਕ ਦੂਜੇ ਦੇ ਪੈਰਾਂ ਦੀਆਂ ਉਂਗਲੀਆਂ ਨਾਲ ਉਂਗਲੀਆਂ ਜੋੜਦੀਆਂ ਹਨ ਅਤੇ ਬਾਹਾਂ ਨੂੰ ਖਿੱਚ ਕੇ ਕੀ ਕਰਦੀਆਂ ਹਨ ਆਪਣੇ ਤਰ੍ਹਾਂ ਪੈਰਾਂ ਉੱਪਰ ਚੱਕਰ ਝੁੰਡੇ ਵਾਂਗ ਘੁੰਮਦੀਆਂ ਹਨ ਗੇੜੇ ਦੀ ਚਾਲ ਨਾਲ ਉਹ ਕਿੱਕਲੀ ਦੇ ਗੀਤ ਗੁੰਦੀਆਂ ਹਨ ਇਹ ਕੀ ਹੈ ਕਿ ਜਦੋਂ ਵੀ ਦੋ ਤਿੰਨ ਕੁੜੀਆਂ ਇਕੱਠੀਆਂ ਹੁੰਦੀਆਂ ਹਨ ਤੋਂ ਆਪਦੇ ਮਨੋਰੰਜਨ ਲਈ ਮੂਡ ਵਧੀਆ ਕਰਨ ਲਈ ਕੀ ਕਰਦੀਆਂ ਹਨ ਕਿਕਲੀ ਪਾਉਣਾ ਸ਼ੁਰੂ ਕਰ ਦਿੰਦੀਆਂ ਹਨ ਖਾਸ ਕਰਕੇ ਹੁਣ ਵੀ ਆ ਚੀਜ਼ ਦੇਖਣ ਨੂੰ ਤੁਹਾਨੂੰ ਮਿਲਦੀ ਹੋਊਗੀ ਜਦੋਂ ਵੀ ਦੋ ਤਿੰਨ ਕੁੜੀਆਂ ਇਕੱਠੀਆਂ ਤਾਂ ਉਹ ਕੀ ਕਹਿੰਦੀਆਂ ਆਇਆ ਘੁੰਮੀਏ ਨੋਰਮਲ ਸ਼ਬਦ ਚ ਕੀ ਕਹਿਆ ਜਾਂਦਾ ਆਇਆ ਘੁੰਮੀਏ ਤਾਂ ਦੋਨੇ ਕੀ ਕਰਦੀਆਂ ਹਨ ਕਿਕਲੀ ਪਾਉਂਦੀਆਂ ਹਨ ਤੇ ਕਿਕਲੀ ਦਾ ਬਹੁਤ ਸੋਹਣਾ ਗੀਤ ਵੀ ਸਾਨੂੰ ਕਵੀ ਨੇ ਦਿੱਤਾ ਹੋਇਆ ਦੇਖੋ ਕੀ ਹੈ ਕਿਕਲੀ ਕਲੀਰ ਦੀ ਕਵੀ ਕੀ ਕਹਿ ਰਿਹਾ ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਪਰ ਜਾਈ ਦਾ ਸੋਹਣਾ ਮੁਖ ਜਵਾਈ ਦਾ ਗਈ ਸਾ ਮੈਂ ਗੰਗੇ ਚੜਾ ਲਿਆਈ ਵੰਗਾ ਅਸਮਾਨੀ ਮੇਰਾ ਕਗਰਾ ਅੱਗੇ ਦੇਖੋ ਮੈਂ ਕਿਹੜੀ ਕਿਲੀ ਟੰਗਾ ਮਤਲਬ ਕਿ ਇਹਦੇ ਵਿੱਚ ਜਿਹੜਾ ਉਤਲਾਪਨ ਕਵੀ ਨੇ ਕਵਿਤ ਦਿੱਤੀ ਹੋਈ ਹੈ ਕਵਿਤਾ ਤਾਂ ਤੁਸੀਂ ਬਹੁਤ ਵਾਰ ਸੁਣੀ ਹੋਊਗੀ ਕਿਹੜੀ ਹੈ ਕਿੱਕਲੇ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਪਰਜਾਈ ਦਾ ਸੋਹਣਾ ਮੂੰਹ ਜਵਾਈ ਦਾ ਆ ਤਾਂ ਨੋਰਮਲ ਜੀ ਹੈ ਹਮੇਸ਼ਾ ਹੀ ਤੁਸੀਂ ਸੁਣਨ ਨੂੰ ਸੁਣੀ ਹੋਊਗੀ ਮਤਲਬ ਆਪਾਂ ਆਪਾ ਸੁਣਦੇ ਹੀ ਰਹਿਣੇ ਆਂ ਛੋਟੀਆਂ ਕੁੜੀਆਂ ਦੇ ਮੂੰਹ ਚੋਂ ਤਾਂ ਖਾਸ ਕਰ ਸੁਣੀ ਹੋਊਗੀ ਅੱਗੇ ਹੈ ਕਹੀਂ ਸਾਂ ਮੈਂ ਗੰਗਾ ਚੜਾ ਲਿਆਈ ਬੰਗਾ ਚੜਾ ਲਿਆਈ ਮਤਲਬ ਕਿ ਕਿੱਥੇ ਗਈ ਸੀ ਕਿੱਥੇ ਗਈ ਸੀ ਗੰਗਾ ਨੌਣ ਜਾਣਾ ਮਤਲਬ ਕਿ ਚੜਾ ਲਿਆਈ ਬੰਗਾ ਅਸਮਾਨੀ ਮੇਰਾ ਕਗੜਾ ਕਿਹੜੇ ਕਿਲੇ ਟੰਗਾ ਹੁਣ ਨੋਰਮਲ ਸ਼ਬਦ ਚ ਬੱਚਿਆਂ ਨੂੰ ਕਿੱਲੇ ਸਮਝ ਨਹੀਂ ਆਊਗਾ ਤਾਂ ਦੀਵਾਰ ਦੇ ਵਿੱਚ ਕੀ ਹੈ ਆਪਣੇ ਕੱਪੜੇ ਡੰਗਣ ਲਈ ਜਿਹੜਾ ਸਟੈਂਡ ਲਗਾਇਆ ਜਾਂਦਾ ਹੈ ਜਾਂ ਮੇਕ ਵਗੈਰਾ ਲਗਾਈ ਜਾਂਦੀ ਹੈ ਖਾਸ ਕਰ ਮੇਕ ਨੂੰ ਕਿੱਲੀ ਕਹਿ ਦਿੰਦੇ ਆ ਕਿਹੜੀ ਕਿੱਲੀ ਡੰਗਾ ਅੱਗੇ ਦੇਖੋ ਨਹੀਂ ਮੈਂ ਐਸ ਕੇ ਲਈ ਡੰਗਾ ਨਹੀਂ ਮੈਂ ਉਸ ਕੇ ਲਈ ਡੰਗਾ ਤਾਂ ਮਤਲਬ ਕਿ ਇਸ ਮਤਲਬ ਘਰ ਦੇ ਵਿੱਚ ਥਾਂ ਥਾਂ ਤੇ ਆਪਣੇ ਕੱਪੜੇ ਟੰਗਣ ਲਈ ਹਰ ਰੂਮ ਦੇ ਵਿੱਚ ਕੁਝ ਨਾ ਕੁਝ ਬਣਿਆ ਹੁੰਦਾ ਤਾਂ ਉਹ ਕੀ ਕਹਿ ਰਹੀ ਹੈ ਕਿ ਮੈਂ ਇਸ ਟਿੱਕਲੀ ਤੇ ਟੰਗਾ ਕਿ ਮੈਂ ਉਸ ਕਿੱਲੀ ਤੇ ਟੰਗਾ ਅੱਗੇ ਹੈ ਕਿਕਲੀ ਦੇ ਗੀਤਾਂ ਵਿੱਚ ਭੈਣ ਭਰਾ ਦਾ ਕਿਕਲੀ ਦੇ ਗੀਤਾਂ ਵਿੱਚ ਭੈਣ ਭਰਾ ਦਾ ਵੀਰ ਪਿਆਰ ਵੀ ਵਧੇਰੇ ਪ੍ਰਗਟ ਹੋਇਆ ਹੈ ਭੈਣ ਦੇ ਦਿਲ ਵਿੱਚ ਆਪਣੇ ਲਈ ਕਿੰਨਾ ਆਪਣੇ ਭਰਾ ਲਈ ਕਿੰਨਾ ਅਛਾ ਹੈ वीर दी नवी ਵਹਟੀ ਕਰ ਆਉਂਦੀ ਹੈ ਨਿੱਕੀ ਪੈਨ ਦਾ ਚੱਲਿਆ ਨਹੀਂ ਜਾਂਦਾ ਉਹ ਹੈ ਗੋਂਦੀ ਹੈ ਨੱਚਦੀ ਹੈ ਗੋਂਦੀ ਹੈ ਦੇਖੋ ਕੀ ਹੈ ਕਿੱਕਲੀ ਕਲੀਰਦੀ ਦੇਖੋ ਇਹਨੇ ਸੋਹਣੀਆਂ ਪੰਕਤੀਆਂ ਹਨ ਕਿੱਕਲੀ ਕਲੀਰਦੀ ਪੱਗ ਮੇਰੇ वीर ਦੀ ਵੀਰਾ ਮੇਰਾ ਜਾਵੇਗਾ ਭਾਬੂ ਨੂੰ ਲਿਆਵੇਗਾ ਭਾਬੋ ਭਾਬੀ ਨੂੰ ਕਹਿ ਦਿੱਤਾ ਜਾਂਦਾ ਸਹੇਲੀਆਂ ਸੰਦਾਵਾਂਗੀ ਨੱਚਾਂਗੇ ਨੱਚਾਂਗੀ ਤੇ ਗਾਵਾਂਗੀ ਜੰਝੜੀ वीर ਦੀ ਕਿੱਕਲੀ ਕਲੀਰਦੀ ਅੱਗੇ ਹੈ ਵੀਰ ਬਾਰੇ ਇੱਕ ਹੋਰ ਗੀਤ ਬਹੁਤ ਸੁੰਦਰ ਸ਼ਬਦਾਂ ਵਿੱਚ ਬਿਆਨ ਕੀਤਾ ਗਿਆ ਹੈ ਹੇਟ ਵਗੇ ਦਰਿਆ ਉੱਤੇ ਮੈਂ ਖੜੀ ਮੇਰੇ ਵੀਰ ਨੂੰ ਮੇਰੇ ਵੀਰ ਨੇ ਲਾਇਆ ਬਾਗ ਖਿੜ ਪਈ ਚੰਬਾਕਲੀ ਚੰਬਾਕਲੀ ਨਾ ਤੋੜ ਵੀਰਾ ਮੇਰਾ ਮਾਰੇਗਾ ਮੇਰਾ ਵੀਰਾ ਵੱਡਾ ਸਰਦਾਰ ਬਹਿੰਦਾ ਕੁਰਸੀ ਤੇ ਮਤਲਬ ਨੋਰਮਲ ਤਰੀਕਿਆਂ ਨਾਲ ਭੈਣ ਭਰਾਵਾਂ ਦੇ ਪਿਆਰ ਦਾ ਵੀ ਇਹਦੇ ਵਿੱਚ ਕੀ ਹੈ ਬਹੁਤ ਸੋਹਣਾ ਜਿਹਾ ਸਨੇਹਾ ਦਿੱਤਾ ਹੋਇਆ ਇੱਕ ਛੋਟੀ ਜਿਹੀ ਭੈਣ ਦਾ ਉਹਦੇ ਭਰਾ ਤੇ ਜਾਂਦੇ ਚੜਨ ਦਾ ਤੇ ਇੱਕ ਭਾਪੋ ਦੇ ਸਪਨਿਆਂ ਦਾ ਮਤਲਬ ਬਹੁਤ ਹੀ ਸੋਹਣੇ ਤਰੀਕੇ ਨਾਲ ਵਰਣਨ ਕੀਤਾ ਗਿਆ ਤੇ ਆਪਦੇ ਭਰਾ ਨੂੰ ਇੱਕ ਸਮਾਨ ਦਾ ਦਰਜਾ ਜਾਂ ਦਿਂਦੀ ਹੋਈ ਭੈਣ ਦਾ ਜ਼ਿਕਰ ਇਹਦੇ ਵਿੱਚ ਬਹੁਤ ਸੋਹਣੇ ਸ਼ਬਦਾਂ ਵਿੱਚ ਕੀਤਾ ਗਿਆ ਕਿ ਕਿੱਕਲੀ ਦੇ ਗੀਤਾਂ ਨੂੰ ਕੋਣ ਦਾ ਇੱਕ ਹੋਰ ਢੰਗ ਵੀ ਹੈ ਕੁੜੀਆਂ ਧਰਤੀ ਤੇ ਬੈਠ ਕੇ ਜਾਂ ਖਲੋ ਕੇ ਇੱਕ ਦੂਜੇ ਦੇ ਹੱਥਾਂ ਤੇ ਤਾੜੀਆਂ ਮਾਰ ਕੇ ਤਾੜੀਆਂ ਦੀ ਧਰ ਨਾਲ ਗੀਤ ਦੇ ਬੋਲ ਬੋਲਦੀਆਂ ਹਨ ਤੇ ਆਖਰੀ ਟੱਪੇ ਤੇ ਕਿੱਕਲੀ ਪਾਉਂਦੀਆਂ ਹੋਈਆਂ ਦਹਰੌਂਦੀਆਂ ਹਨ ਤੋੜੀਆਂ 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 ਮਤ ਤੋੜੀਆਂ ਤੋਤਾ ਹੈ ਸਿਕੰਦਰ ਦਾ ਪਾਣੀ ਪੀਵੇ ਮੰਦਰ ਦਾ ਮਤਲਬ ਕਿ ਹੁਣ ਆ ਵੀ ਆ ਬਹਿ ਕੇ ਬੋਲਦੀਆਂ ਹਨ ਇੱਕ ਦੂਜੇ ਦੇ ਹੱਥਾਂ ਤੇ ਤਾਲੀਆਂ ਮਾਰਦੀਆਂ ਹੋਈਆਂ ਕੀ ਬੋਲਦੀਆਂ ਹਨ ਤੋੜੀਆਂ 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 ਮਤ ਤੋੜੀਆਂ ਤੋਤਾ ਹੈ ਸਿਕੰਦਰ ਦਾ ਪਾਣੀ ਪੀਵੇ ਮੰਦਰ ਦਾ ਫੇਰ ਹੈ ਸ਼ੀਸ਼ਾ ਵੇਖੇ ਲਹਿਰੇ ਦਾ ਕੰਮ ਕਰੇ ਦੁਪਹਿਰੇ ਦਾ ਕਾਕੜਾ ਓਖ ਖੜਾਉਂਦੀਆਂ ਚਾਰ ਛੱਲੇ ਪਾਉਂਦੀਆਂ ਖੁੱਲੇ ਮਾਸੀ ਖੁੱਲ ਮਾਸੀ ਕੁੰਡਾ ਜੀਵੇ ਤੇਰਾ ਮੁੰਡਾ ਫੇਰਾ ਇੱਕ ਹੋਰ ਗੀਤ ਵਿੱਚ ਭੈਣ ਆਪਣੇ ਛੋਟੇ ਭਰਾ ਨੂੰ ਸਾਂਝੀ ਥਾਂ ਤੇ ਟਾਲੀ ਦੇ ਰੁੱਖ ਵਧਣ ਨੂੰ ਰੋਕਦੀ ਆ ਮਤਲਬ ਕਿ ਜਦੋਂ ਇੱਕ ਭੈਣ ਵਿਆਹ ਦਿੱਤੀ ਜਾਂਦੀ ਹੈ ਤੇ ਦੋਹਾਂ ਜਦੋਂ ਘਰ ਦੇ ਵਿੱਚ ਤੋਹ ਭਰਾ ਹੁੰਦੇ ਆ ਪੂਰਾ ਸਾਂਝਾ ਘਰ ਹੁੰਦਾ ਰਲ ਮਿਲ ਕੇ ਰਹਿੰਦੇ ਆ ਤੇ ਉਸ ਘਰ ਦੇ ਵਿੱਚ ਕੀ ਹੈ ਵਿਆਹ ਤੋਂ ਬਾਅਦ ਐਮ ਤੌਰ ਤੇ ਕੀ ਹੈ ਕਿ ਅਡਹੋਂ ਦੇ ਰੀਤ ਤਾਂ ਬਣੀ ਆਈ ਹੈ ਤਾਂ ਜਿਹੜਾ ਸਾਂਝਾ ਘਰ ਹੁੰਦਾ ਉਹਦੇ ਵਿੱਚ ਇੱਕ ਟਾਲੀ ਲੱਗੀ ਹੋਈ ਹੈ ਪੇੜ ਲੱਗਿਆ ਹੋਇਆ ਉਹਨੂੰ ਵੱਡਣ ਤੋਂ ਪੈਨ ਰੋਕ ਰਹੀ ਐ ਉੱਚੇ ਟਿੱਬੇ ਮੈਂ ਆਟਾ ਗੁੰਦੀ ਆਟੇ ਤੇ ਆ ਗਈ ਲਾਲੀ ਵੀਰਾ ਨਾ ਵੱਡੇ ਵੇ ਸ਼ਾਮ ਟਾਲ ਦੀ ਟਾਲੀ ਸ਼ਾਮ ਲਾਟ ਦੀ ਟਾਲੀ ਵੀਰਾ ਨਾ ਵੱਟੇ ਵੇ ਕਿੱਕਲੀ ਦਾ ਇੱਕ ਹੋਰ ਗੀਤ ਇਸ ਤਰ੍ਹਾਂ ਹੈ ਮਤਲਬ ਕਿ ਉਹ ਪੈਨ ਰੋਕ ਰਹੀ ਐ ਕਿ ਤੂੰ ਸੰਝੀ ਜਿਹੜੀ ਕਿੱਕਰੀ ਨੂੰ ਕਿਉਂ ਵੱਡ ਰਿਹਾ ਫੇਰ ਐ ਕਿੱਕਲੀ ਦਾ ਇੱਕ ਹੋਰ ਗੀਤ ਇਸ ਤਰ੍ਹਾਂ ਹੈ ਛੀਂ ਛਾਂ ਜੀਵੇ ਮਾਂ ਖਖੜੀਆਂ ਖਰਬੂਜੇ ਖਾਂ ਖਾਂਦੀ ਖਾਂਦੀ ਕਾਬਲ ਜਾ ਗੋਰੀ ਗਾਂ ਗੁਲਾਬੀ ਵੱਚਾਂ ਮਾਰੇ ਸਿੰਘ ਟੁੜਾਵੇ ਰੱਸਾ ਹੱਸਿਆਂ ਤਮਾਸ਼ਿਆਂ ਭਰੇ ਬੋਲਾਂ ਨਾਲ ਕਿ ਕਲੀ ਪੌਂਦੀਆਂ ਕੁੜੀਆਂ ਇੱਕ ਰੰਗ ਬੰਨੇ ਦਿੰਦੀਆਂ ਹਨ ਕਿ ਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੀ ਭੈਣ ਦਾ ਘਗਰਾ ਪਹਿਣ ਦਾ ਲੈਲਾ ਮਾਮਾ ਪੀੜੀ ਪੀੜੀ ਕੀੜੀ ਪੱਬਾ ਪੰਬੀਰੀ ਦਾ ਵੇਖ ਤਮਾਸ਼ਾ ਕੀੜੀ ਦਾ ਤੇ ਇੰਨਾ ਹੀ ਸਾਡਾ ਆ ਚੈਪਟਰ ਸੀ ਜਿਦੇ ਵਿੱਚ ਕੀ ਹੈ ਬਹੁਤ ਹੀ ਸੋਹਣੇ ਜਿਹੇ ਸ਼ਬਦਾਂ ਦੇ ਵਿੱਚ ਕਿੱਕਲੀ ਦੇ ਬਾਰੇ ਵਿੱਚ ਦੱਸਿਆ ਹੋਇਆ ਤੇ ਸੋਹਣੀਆਂ ਸੋਹਣੀਆਂ ਸਾਨੂੰ ਪੰਕਤੀਆਂ ਦਿੱਤੀਆਂ ਹੋਈਆਂ ਹਨ ਜਿਦੇ ਵਿੱਚ ਕੁੜੀਆਂ ਦੇ ਇਕੱਠੇ ਹੋ ਕੇ ਕਿੱਕਲੀ ਪਾਉਣ ਦੀਆਂ ਬੋਲੀਆਂ ਦੱਸੀਆਂ ਗਈਆਂ ਤੇ ਨਾਲ ਹੀ ਭੈਣ ਭਰਾ ਦੇ ਪਿਆਰ ਦੇ ਬਾਰੇ ਵਿੱਚ ਭੈਣ ਭਰਾ ਦੇ ਰਿਸ਼ਤੇ ਦੇ ਬਾਰੇ ਵਿੱਚ ਵਿੱਚ ਦੱਸਿਆ ਹੋਇਆ ਇੱਕ ਭੈਣ ਇੱਕ ਛੋਟੇ ਭਰਾ ਨੂੰ ਉਹਦੇ ਸਾਂਝੇ ਵੇੜੇ ਵਿੱਚ ਲੱਗੀ ਹੋਈ ਟਾਲੀ ਨੂੰ ਤੋੜਨ ਤੋਂ ਰੋਕਦੀ ਹੈ ਤੇ ਅਦਰ ਹਾਸਿਆਂ ਤਮਾਸ਼ਿਆਂ ਨਾਲ ਭਰੀ ਹੋਈ ਇਹ ਕਿੱਕਲੀ ਗੀਤ ਬਹੁਤ ਹੀ ਸੋਹਣੀ ਕਵਿਤਾ ਸੀ ਆਸੀ ਸਾਡਾ ਚੈਪਟਰ 4 ਕਿੱਕਲੀ ਅੱਜ ਲਈ ਇੰਨਾ ਹੀ